ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਅਚਾਨਕ ਜਾ ਰਿਹਾ ਹਾਂ ਰਸਤੇ 'ਚ ਅਤੇ ਮੇਰੀ ਨਜ਼ਰ ਪਈ ਹੈ। ਪਹਿਲੇ ਤਾਂ ਸਾਡੇ ਇਲਾਕੇ 'ਚ ਹਾਰਵੈਸਟਰ ਜਿਹੜਾ ਨਾ ਉਹ ਆਮ ਚੱਲਦਾ, ਆਮ ਜਿਹੜਾ ਨਾ ਫਸਲ ਕੱਟਦਾ, ਅਤੇ ਇਹ ਮਸ਼ੀਨ ਪਹਿਲੀ ਦਫ਼ਾ ਸਾਡੇ ਇਲਾਕੇ 'ਚ ਆਈ ਹੈ ਅਤੇ ਕਾਫੀ ਲੋਕ ਇਕੱਠੇ ਹੋਏ ਹਨ, ਅਤੇ ਮੈਂ ਸੋਚਿਆ ਕਿ ਉਹਨਾਂ ਮੈਂ ਵੀ ਵੇਖਾਂ ਅਤੇ ਆਪਣੇ ਨਾਜ਼ਰੀ ਨਾਲ ਜਿਹੜਾ ਨਾ ਆਪਣੇ ਦੋਸਤਾਂ ਨਾਲ ਇਹਦੀ ਵੀਡੀਓ ਸ਼ੇਅਰ ਕਰਾਂ। ਦੋਸਤੋ ਅਲਹਮਦੁਲਿਲਾ ਖੇਤ ਦੇ ਵਿੱਚ ਮੈਂ ਪਹੁੰਚ ਗਿਆ ਅਤੇ ਇਹ ਮਸ਼ੀਨ ਤੁਹਾਡੇ ਸਾਹਮਣੇ ਲੱਗੀ ਦੀ ਹੈ ਜਿਹੜੀ ਫਸਲ ਕੱਟ ਰਹੀ ਹੈ ਚਾਵਲਾਂ ਦੀ। ਇਹ ਦੇਖੋ ਪਰਾਲੀ ਲਹਿਦਾ ਕਰੀ ਜਾ ਰਹੀ ਹੈ ਅਤੇ ਜਿਹੜੇ ਦਾਣੇ ਨੇ ਉਹ ਲਹਿਦਾ ਕਰੀ ਜਾ ਰਹੀ ਹੈ ਅਤੇ ਆਹ ਤੁਹਾਨੂੰ ਮਸ਼ੀਨ ਦਾਣੇ। ਦੋਸਤੋ ਮਸ਼ੀਨ ਅਸੀਂ ਦੇਖੀ ਹੈ ਅਤੇ ਮਾਸ਼ਾਅੱਲਾ ਕਾਫੀ ਅੱਛੇ ਤਰੀਕੇ ਨਾਲ ਵੱਢ ਰਹੀ ਹੈ। ਐਂ ਵੇਖੋ ਪਰਾਲੀ ਪਰਾਲੀ ਅਲਹਿਦਾ ਕਰੀ ਜਾ ਰਹੀ ਹੈ ਅਤੇ ਦਾਣੇ ਅਲਹਿਦਾ ਕਰੀ ਜਾ ਰਹੀ ਹੈ। ਹਾਰਵੈਸਟਰ ਨਾਲ ਆਇਆ ਸੀ ਇੱਕ ਹਾਰਵੈਸਟਰ, ਇਹ ਪਰਾਲੀ ਦੇ ਵਿੱਚ ਖਤਮ ਕਰ ਦਿੰਦਾ ਰਿਹਾ ਅਤੇ ਦਾਣੇ ਤੁਹਾਡੇ ਸੇਫ ਹੁੰਦੇ ਰਹਿਣ। ਅਤੇ ਇਹਦਾ ਇਹ ਹੈ ਕਿ ਅਲਹਮਦੁਲਿਲਾ ਕਿਸਾਨ ਭਰਾਵਾਂ ਨੂੰ ਇਹ ਫਾਇਦਾ ਕਿ ਜਨਾਬ ਦਾਣੇ ਵੀ ਉਹਨਾਂ ਦੇ ਬਚ ਜਾਂਦੇ ਨੇ ਅਤੇ ਉਹਨਾਂ ਦਾ ਜਨਾਬ ਹੈ ਜਿਹੜੀ ਪਰਾਲੀ ਹੈ ਇਹਨੂੰ ਅਸੀਂ ਪਰਾਲੀ ਕਹਿੰਦੇ ਹਾਂ, ਜਾਨਵਰਾਂ ਦੇ ਚਾਰੇ ਦੇ ਕੰਮ ਆਉਂਦੀ ਹੈ, ਇਹ ਵੀ ਅਲਹਮਦੁਲਿਲਾ ਬਚ ਜਾਂਦੀ ਹੈ ਅਤੇ ਕਿਸਾਨ ਭਰਾਵਾਂ ਵਾਸਤੇ ਬਹੁਤ ਖੁਸ਼ਖਬਰੀ ਅਤੇ ਬਹੁਤ ਚੰਗੀ ਗੱਲ ਹੈ। ਦੋਸਤੋ ਮਸ਼ੀਨ ਹਲੇ ਆ ਹੀ ਗਿਆ ਤੇ ਮਸ਼ੀਨ ਨੇ ਇੱਕ ਖੇਤ ਕੱਟਿਆ ਤੇ ਦੇਖੋ ਜਿਹੜੇ ਬੰਦਿਆਂ ਨੇ ਕਟਾਣੀ ਹੈ ਆਪਣੀ ਫਸਲ, ਲੈਣਾ ਲੱਗੀ ਨੇ ਮਾਸ਼ਾਅੱਲਾ, ਉਧਰ ਵੀ ਬੰਦੇ ਬੈਠੇ ਨੇ, ਇਧਰ ਵੀ ਬੰਦੇ ਬੈਠੇ ਨੇ ਤੇ ਕੰਮ ਤੁਹਾਨੂੰ ਪਤਾ ਵਾਰ ਵਾਰ ਹੀ ਹੋਣਾ, ਜਿਹੜਾ ਬੰਦਾ ਪਹਿਲੇ ਆਇਆ ਉਹਦਾ ਪਹਿਲੇ ਨੰਬਰ ਹੈ ਤੇ ਆਸਤਾ ਆਸਤਾ ਤਕਰੀਬਨ ਸਾਰਿਆਂ ਦਾ ਜਿਹੜਾ ਫਸਲ ਕੱਟਿਆ ਜਾਏਗਾ।
ਮਾਸ਼ਾਅੱਲਾ ਬੜੀ ਜ਼ਬਰਦਸਤ ਤੇ ਬਹੁਤ ਹੀ ਅੱਛੀ। ਅਸੀਂ ਭਾਈ ਦੀ ਅੱਜ ਦੀ ਵੀਡੀਓ, ਅਗਰ ਵੀਡੀਓ ਪਸੰਦ ਆਏ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਅਗਰ ਤੁਸੀਂ ਤੁਹਾਡੇ ਇਲਾਕੇ 'ਚ ਅਗਰ ਇਹ ਮਸ਼ੀਨ ਪਹਿਲੇ ਦੀ ਆਈ ਦੀ ਹੈ ਜਾਂ ਤੁਸੀਂ ਪਹਿਲੇ ਦੀ ਵੇਖੀ ਦੀ ਹੈ ਤਾਂ ਇਹ ਵੀ ਭਾਈ ਨੂੰ ਜ਼ਰੂਰ ਦੱਸਿਓ, ਕਿਉਂਕਿ ਭਾਈ ਦੇ ਇਲਾਕੇ 'ਚ ਪਹਿਲੀ ਦਫ਼ਾ ਹੀ ਇਹ ਮਸ਼ੀਨ ਆਈ ਹੈ ਅਤੇ ਕਾਫੀ ਲੋਕ ਇਕੱਠੇ ਹੋਏ ਹਨ ਅਤੇ ਮੈਂ ਵੀ ਅਚਾਨਕ ਜਾ